हाँ जी गुरदीप जी, पूरे मसले बारे जानकारी दसो कि इहो जिहा की करता परमिंदर सिंह झोटा नाम दे व्यक्ति ने कि पुलिस ने घेरा पा लिया फड़ लिया। ਇਹ ਬਾਈ ਜੀ 1.5-2 ਮਹੀਨੇ ਪਹਿਲਾਂ ਨਾ 2 ਮਹੀਨੇ ਪਹਿਲਾਂ ਕੰਪੇਨ ਸ਼ੁਰੂ ਕੀਤੀ ਸੀਗੀ ਆਪਣੀ ਜੀ ਡਰੱਗਸ ਦੇ ਅਗੇਂਸਟ, ਕਿਉਂਕਿ ਪੰਜਾਬ ਨੂੰ ਜਿਹੜਾ ਅੱਜ ਇੱਕ ਚਿੰਬੜੀ ਹੋਈ ਆ, ਸਾਡੇ ਨੌਜਵਾਨਾਂ ਨੂੰ ਸਿਉਂਕ ਵਾਂਗੂ ਖਾਈ ਜਾ ਰਿਹਾ ਚਿੱਟਾ ਤੇ ਓਰੀਐਂਟਡ ਜਿੰਨਾ ਵੀ ਡਰੱਗਸ ਦਾ ਹੈਗਾ ਜੀ। ਪਹਿਲਾਂ ਇਹਦੇ ਤੇ 307 ਦਾ ਨਾਲ ਹੋਰ ਪਰਚੇ ਝੂਠਾ ਪਰਚਾ ਪਾਇਆ ਸੀ, ਤੁਹਾਨੂੰ ਵੀ ਪਤਾ ਹੋਊਗਾ ਪਿੱਛੇ ਜੇ ਮੀਡੀਆ 'ਚ ਗੱਲ ਬੜੀ ਹੋਈ ਸੀ ਜੀ, ਉਹ ਸਾਰਾ ਫੇਕ ਨਿਕਲਿਆ ਸੀ। ਅਸੀਂ ਵਿਦ ਸਬੂਤ ਵਿਦ ਵੀਡੀਓ ਲੋਕਾਂ ਦੀ, ਕਿਉਂਕਿ ਉਹ ਜਿਹੜਾ ਬੰਦਾ ਐਡਿਕਟਡ ਇਹਨਾਂ ਨੇ ਉੱਥੇ ਐਡਮਿਟ ਕਰਾਇਆ ਸੀ, ਜਿਹਦੇ ਤੋਂ ਇਹ ਬਿਆਨ ਦਵਾਏ ਸੀ, ਉਹ ਖੁਦ ਚਿੱਟਾ ਪੀਂਦਾ ਵੀ ਸੀ ਤੇ ਵੇਚਦਾ ਵੀ ਸੀ ਜੀ। ਤੇ ਉਹਦਾ ਐਕਸੀਡੈਂਟ ਨਾ ਉੱਥੇ ਪਿੰਡ ਦਲੇਵਾਂਗਾ, ਉੱਥੇ ਐਕਸੀਡੈਂਟ ਮੋਟਰਸਾਈਕਲ ਕੰਧ 'ਚ ਵੱਜ ਗਿਆ ਸੀ ਜੀ। ਉਹਨੂੰ ਪ੍ਰੋਪਰਲੀ ਇਹਨਾਂ ਨੇ ਦਾਖਲ ਕਰਾਇਆ ਸੀ, ਦਾਖਲ ਕਰਾ ਕੇ ਉਹ ਤੋਂ ਬਿਆਨ ਦਵਾ ਕੇ 307 ਤੇ ਹੋਰ ਤਰ੍ਹਾਂ ਮਨ ਲਾ ਕੇ ਉਦੋਂ ਪਰਮਿੰਦਰ ਨੂੰ ਉਦੋਂ ਵੀ ਇਸ ਤਰ੍ਹਾਂ ਘਰੋਂ ਤੜਕੇ 4 ਵਜੇ ਚੱਕਿਆ ਸੀ। ਉਦੋਂ ਪਰਮਿੰਦਰ ਦਾ ਨਾਮ ਤੁਹਾਨੂੰ ਕੀ ਲੱਗਦਾ ਕਿਹੜੀ ਵਜ੍ਹਾ ਕਰਕੇ ਉਹਨਾਂ ਨੇ ਲੈ ਆਂਦਾ, ਜੇ ਕੋਈ ਉਹਦਾ ਲਾਗਾ ਤੇਗਾ ਨਹੀਂ ਸੀ ਬਾਈ ਜੀ? ਕਿਉਂਕਿ ਦੁਕਾਨਦਾਰੀਆਂ ਬੰਦ ਹੋ ਗਈਆਂ, ਲਗਭਗ 2 ਕਰੋੜ ਦੀ ਖਪਤ ਹੋ ਸਾਡੇ ਮਾਨਸਾ ਮਾਨਸਾ ਜ਼ਿਲ੍ਹੇ 'ਚ ਬਾਈ ਚਿੱਟੇ ਦੀ ਡੇਲੀ ਦੀ, ਐਡਾ ਵੱਡਾ ਨੈਕਸਸ ਆ ਤੁਸੀਂ ਹਿਸਾਬ ਲਾ ਲਓ। ਇਹਨੇ ਵੱਡੇ ਨਕਸਸ ਨੂੰ ਹੱਥ ਪਾਇਆ ਬਾਈ, ਫਿਰ ਥੱਲੇ ਤਾਂ ਫਿਰ ਉਹ ਕਹਿੰਦੇ ਹੁੰਦੇ ਮਿਰਚਾਂ ਲੱਗਣਗੀਆਂ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਤੇ ਦੇਣਦਾਰੀਆਂ ਬੰਦ ਹੋ ਗਈਆਂ। ਤੁਸੀਂ ਐਡਾ ਵੱਡਾ ਨੈਕਸਸ ਦੱਸਦੇ ਹੋ, ਇਹ ਚੱਲ ਕਿਸ ਦੀ ਸ਼ਹਿ ਤੇ ਰਿਹਾ? ਕਿਉਂਕਿ ਇਹ ਮਾੜੀ ਮੋਟੀ ਗੱਲ ਤੇ ਹੈ ਨਹੀਂ, ਤੁਸੀਂ ਜਿੰਨੀ ਵੱਡੀ ਰਕਮ ਦੱਸੀ ਹੈ ਕਿ 2 ਕਰੋੜ ਦੇ ਕਰੀਬ ਤਾਂ ਡੇਲੀ ਦੀ ਸਪਲਾਈ ਹੈ। ਬਿਲਕੁਲ ਬਿਲਕੁਲ, ਤੁਸੀਂ ਪਿੰਡਾਂ ਦੇ ਪਿੰਡ 243 ਪਿੰਡ ਨੇ ਬਾਈ ਜੀ ਜੀ, ਮੈਂ ਕਹਿੰਦਾ 5-4 ਸਾਡੇ ਪਿੰਡ ਬਚੇ ਹੋਣੇ ਜਿੱਥੇ ਕੋਈ ਐਡਿਕਟਡ ਬੱਚਾ ਨਹੀਂ ਹੋਊਗਾ ਜੀ। ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਪਤਾ ਕਰੋ, ਅਸੀਂ ਵੀ ਗਰਾਊਂਡ ਲੈਵਲ ਤੇ ਗਏ ਆ ਜੀ, ਹਨਾ ਤੇ ਲਗਭਗ ਹਰੇਕ ਪਿੰਡ ਤੁਹਾਨੂੰ 5-5-7-7 ਬੱਚੇ ਐਡਿਕਟਡ ਮਿਲਣਗੇ। ਤਾਂ ਤੁਸੀਂ ਜਿਹੜੀ ਇਹ ਟੀਮ ਬਣਾਈ, ਇਹਦਾ ਗਠਨ ਕਦੋਂ ਕੀਤਾ, ਕੌਣ ਕੌਣ ਇਸ 'ਤੇ ਸ਼ਾਮਲ ਹੈ, ਤੇ ਉਸ ਦੇ ਵਿੱਚ ਪੁਲਿਸ ਨੇ ਕਿਉਂ ਜ਼ਰੂਰੀ ਸਮਝਿਆ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ, ਇਹੋ ਜਿਹਾ ਕੀ ਗੁਨਾਹ ਕਰਤਾ ਸੀ? ਇਹ ਵੀ ਜੀ ਗਠਨ ਤਾਂ ਉਦੋਂ ਬਾਅਦ, ਇਹ ਹਜੇ ਪ੍ਰੋਪਰਲੀ ਜਿਹੜਾ ਸੰਗਠਨ ਦਾ ਨਹੀਂ ਕਾਇਮ ਹੋਇਆ ਸੀਗਾ ਜੀ, ਐਂਟੀ ਡਰੱਗਸ ਦਾ ਲੋਗੋ ਇਹਨਾਂ ਨੇ ਪਰਵਿੰਦਰ ਹੋਰਾਂ ਨੇ ਤੇ ਟੀਮ ਨੇ, ਅਮਨ ਪਟਵਾਰੀ ਆ ਜਾਂ ਪਿੱਛੇ ਜਿੰਨੇ ਵੀ ਉਹ ਸਾਡੇ ਰਣਜੀਤ ਰਾਣੇ ਵਰਗੇ ਅੰਕਲ ਵਰਗੇ ਕੰਮ ਕਰਦੇ ਨੇ ਟੀਮ ਦੇ, ਸੁਰਿੰਦਰ ਪਾਲ ਆ ਹੋਰ ਆ ਜੀ, ਉਹਨਾਂ ਨੇ ਇੱਕ ਲੋਗੋ ਤਿਆਰ ਕੀਤਾ ਪੰਜਾਬ ਪੱਧਰ ਤੇ, ਉਹ ਲੋਗੋ ਨੂੰ ਉਹ ਕੀਤਾ ਜੀ, ਫਿਰ ਇਹਨਾਂ ਨੇ ਤੁਹਾਡੇ ਸਾਹਮਣੇ ਆ 5-4 ਦਿਨਾਂ ਦੇ ਵਿੱਚ ਕਿੰਨਾ ਮਤਲਬ ਸਟ੍ਰਿੰਗ ਕਰਕੇ ਪ੍ਰੋਪਰਲੀ ਲਾਈਵ ਵੀਡੀਓ ਕਿੰਨੇ ਬੰਦੇ ਚਿੱਟੇ ਵਾਲੇ ਫੜੇ ਨੇ, ਤੇ ਉਹਨਾਂ ਤੋਂ ਇਹ ਵੀ ਕਹਾਇਆ ਵੀ ਅੱਗੇ ਤੋਂ ਅਸੀਂ ਚਿੱਟਾ ਨਹੀਂ ਵੇਚਾਂਗੇ। ਕੀ ਇਹ ਪੁਲਿਸ ਨੂੰ ਦਿਸਦਾ ਨਹੀਂ ਬਾਈ ਜੀ? ਜੀ ਕੀ ਤੁਹਾਡੇ ਕਹਿਣ ਦੇ ਉੱਤੇ ਜਿਹੜੇ ਸਬੂਤ ਇਕੱਠੇ ਕਰਕੇ ਦਿੱਤੇ, ਕਿੰਨੇ ਪਰਚੇ ਦਰਜ ਕੀਤੇ ਪੁਲਿਸ ਨੇ? ਬਿਲਕੁਲ ਬਿਲਕੁਲ ਬਾਈ ਜੀ, ਉਲਟਾ ਪਰਚਾ ਪਰਵਿੰਦਰ ਤੇ ਹੋ ਗਿਆ ਜੀ, ਕਿਸੇ ਤੇ ਕੋਈ ਪਰਚਾ ਨੀਗਾ ਜੀ, ਠੀਕ ਆ ਨਾ। ਸਭ ਤੋਂ ਵੱਡਾ ਕਾਰਨ ਆ ਬਾਈ, ਜੇ ਵੱਡੇ ਪੱਧਰ ਤੇ ਫੜਿਆ ਜਾਂਦਾ ਗਾ ਜੀ, ਮੰਨ ਲਓ ਕਿਸੇ ਤੋਂ 200 ਗ੍ਰਾਮ ਫੜਿਆ ਗਿਆ, 150 ਗ੍ਰਾਮ ਫੜਿਆ ਗਿਆ, 250 ਗ੍ਰਾਮ ਫੜਿਆ ਗਿਆ, ਉਹਦੇ ਤੇ 1 ਗ੍ਰਾਮ ਜਾਂ 2 ਗ੍ਰਾਮ ਪਾ ਦਿੱਤਾ ਜਾਂਦਾ ਗਾ ਜੀ, ਵਿਦਨ 15 ਦਿਨਾਂ ਤੋਂ ਤੇ 18 ਦਿਨਾਂ ਤੋਂ ਉਹਦੀ ਜ਼ਮਾਨਤ ਹੋ ਜਾਂਦੀ ਆ। ਤੇ ਬਾਕੀ ਨਸ਼ੇ ਦੀ ਸਮੱਗਰੀ ਕਿੱਥੇ ਜਾਂਦੀ ਹੈ, ਤੁਸੀਂ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ? ਬਾਈ ਜੀ ਇਹ ਤਾਂ ਤੁਸੀਂ ਪ੍ਰਸ਼ਾਸਨ ਨਾਲ, SSP ਸਾਹਿਬ ਨਾਲ, ਜੋ ਵੀ ਇਹਨੂੰ ਦੇਖ ਰਹੇ ਨੇ ਉਹਨਾਂ ਨਾਲ ਵੀ ਸਵਾਲ ਕਰੋ ਜੀ, ਕਿਉਂਕਿ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਜੇ ਮਤਲਬ ਪਰਵਿੰਦਰ ਵਰਗਾ ਨੌਜਵਾਨ ਫੜ ਸਕਦਾ ਜਾ ਕੇ ਗਰਾਊਂਡ ਲੈਵਲ ਤੇ ਜੀ, ਫਿਰ ਇੱਕ ਪੁਲਿਸ ਤੇ ਸਵਾਲੀਆਂ ਨਿਸ਼ਾਨ ਤਾਂ ਹੋਣੀ ਆ। ਬਿਲਕੁਲ, ਤੇ ਪਰਮਿੰਦਰ ਸਿੰਘ ਝੋਟਾ ਦੀ ਕਾਫੀ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ, ਪੁਲਿਸ ਥਾਂ ਥਾਂ ਖੜੀ ਦੇਖ ਰਹੀ ਹੈ, ਇਸ ਵਕਤ ਕਿੱਥੇ ਹੈ ਪਰਮਿੰਦਰ ਸਿੰਘ? ਉਹ ਜੀ ਇੱਥੇ ਜੁਡੀਸ਼ਰੀ ਪੇਸ਼ ਕੀਤਾ ਸੀਗਾ ਜੀ, ਮੇ ਵੀ ਇਹਨਾਂ ਨੇ ਰਿਮਾਂਡ ਜਿਹੜਾ ਲੈਤਾ ਗਾ। ਇਸ ਵਾਰੀ ਜਿਹੜਾ ਪਰਚਾ ਪਾਇਆ ਗਿਆ ਉਹ ਕੀ ਕਹਿ ਕੇ ਪਾਇਆ ਗਿਆ, ਦੋਸ਼ ਕੀ ਲਾਏ ਗਏ? ਦੋਸ਼ ਇਹ ਲਾਏ ਗਿਆ ਜੀ, ਜਿਹੜਾ ਪਿੱਛੇ ਇੱਕ ਦੁਕਾਨਦਾਰ ਸੀਗਾ, ਦੁਕਾਨਦਾਰ ਦਾ ਇੱਕ +2 ਦੇ ਬੱਚੇ ਤੋਂ, 15-16 ਸਾਲ ਦੇ ਬੱਚੇ ਤੋਂ ਉਹਨੂੰ ਦੇਖ ਕੇ ਹੋਮ ਡਿਲੀਵਰੀਆਂ ਕਰਾ ਰਿਹਾ ਸੀ ਕੈਪਸੂਲ ਦੀਆਂ, ਜਿਨ੍ਹਾਂ ਨੂੰ ਆਪਾਂ ਸਿਗਨੇਚਰ ਕਹਿ ਦਿੰਦੇ ਆ ਜੀ। ਇਹਨਾਂ ਨੇ ਝੋਲਾ ਫੜਿਆ ਸੀ ਲਾਈਵ ਜੀ, ਇਹਨਾਂ ਨੇ ਝੋਲਾ ਫੜ ਕੇ ਉੱਥੇ ਲੈ ਕੇ ਗਏ ਸੀ। ਉਹ ਬੰਦਾ ਪ੍ਰੋਪਰਲੀ ਉਸ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਮੈਂ ਇਸ ਬੰਦੇ ਤੋਂ ਲੈ ਕੇ ਜਾਂਦਾ, ਇਹ ਮੈਨੂੰ ਇੱਕ ਪੱਤੇ ਮੰਗਰ ਲਾ ਲਓ ਜਾਂ ਪਤਾ ਨੀ 10 ਪੱਤਿਆਂ ਮੰਗਰ 100-150 ਰੁਪਇਆ ਦਿੰਦਾ ਗਾ ਜੀ। ਉਹਨੇ ਉਹਦੇ ਵਿੱਚ ਕਬੂਲਿਆ ਜੀ, ਤੁਸੀਂ ਪਰਮਿੰਦਰ ਸਿੰਘ ਦੇ ਪੇਜ ਤੇ ਵੀ ਜਾ ਕੇ ਤੁਸੀਂ ਲਾਈਵ ਦੇਖੋਗੇ ਜੀ। ਲੋਕਾਂ ਦਾ ਰੋਹ ਸੀਗਾ, ਲੋਕਾਂ ਦੇ ਰੋਹ ਦੇ ਵਿੱਚ ਉੱਥੇ ਕੀ ਹੋਇਆ ਜੀ, ਕਹਿੰਦੇ ਕਿਉਂਕਿ ਮੈਂ ਉਸ ਦਿਨ ਨਹੀਂ ਸੀਗਾ ਜੀ, ਮੈਂ ਇਹਦੇ ਵਿੱਚ ਉਹ ਟੀਮ ਦਾ ਹਿੱਸਾ ਨਹੀਂ ਸੀ, ਮੈਂ ਆਊਟ ਆਫ ਡਿਸਟ੍ਰਿਕਟ ਸੀਗਾ, ਕਿਸੇ ਸਾਈਡ ਸੀ,
ਤੇ ਉਸ ਦਿਨ ਕੀ ਹੋਇਆ ਇਹਦੇ ਲੋਕਾਂ ਨੇ ਗੁੱਸੇ ਦੇ ਰੋਹ ਦੇ ਵਿੱਚ ਕਿਸੇ ਨੇ ਚੱਪਲਾਂ ਦਾ ਹਾਰ ਪਾਤਾ ਉਹਦੇ ਅਸ਼ਮਣੀ ਦੇ ਜੀ ਉਹਨੂੰ ਇਹਨਾਂ ਨੇ ਪੁਲਿਸ ਨੂੰ ਸਰੈਂਡਰ ਕਰਵਾਇਆ ਜਾ ਕੇ ਸਾਰੀ ਟੀਮ ਨੇ ਲੋਕਾਂ ਦੀ ਭੀੜ ਨੇ ਜਾ ਕੇ ਜੀ ਵੀ ਆਹ ਲਓ ਜੀ ਉਦੋਂ ਬਾਅਦ ਉਹ ਪੁਲਿਸ ਦੀ ਕਸਟਡੀ ਚੋਂ ਬੰਦਾ ਘਰੇ ਆਉਂਦਾ ਗਾ ਜੀ ਪਤਾ ਨੀ ਉਹਦੇ ਤੇ ਪਰਚਾ ਕਿਹੜਾ ਪਾਇਆ ਗਾ ਉਹਦੀ ਸੇਮ ਡੇ ਸ਼ਾਮ ਨੂੰ ਉਹਨੂੰ ਘਰੇ ਵਾਪਸ ਭੇਜ ਦਿੰਦੇ ਨੇ ਉਦੋਂ ਬਾਅਦ ਉਹ ਹਸਪੀਟਲ ਦਾਖਲ ਹੁੰਦਾ ਕਹਿੰਦਾ ਮੈਂ ਸੁਸਾਈਡ ਕਰ ਰਿਹਾ ਸੀ ਇਸ ਕਰਕੇ ਵੀ ਪਰਵਿੰਦਰ ਤੇ ਪਰਚਾ ਪਾਓ ਉਹਨੇ ਮੈਨੂੰ ਮਜਬੂਰ ਕੀਤਾ ਅੱਛਾ 355 ਧਾਰਾ ਲਾਈ ਹੈ ਨਾਲ 3-4 ਧਾਰਾਵਾਂ ਹੋਰ ਲਾਈਆਂ ਨੇ ਬਾਈ ਜੀ ਖਲਾ ਪੈਦਾ ਕੀਤਾ ਹੋਇਆ ਜੀ ਸਾਡੇ ਪਿੰਡਾਂ ਦੇ ਪਿੰਡ ਸਾਡੇ ਆਪ ਦੇ ਪਿੰਡ ਉੱਥੇ ਬੰਨਾ ਤੇ ਨੇ ਬੰਨ ਟੁੱਟ ਗਿਆ ਚਾਂਦਪੁਰੇ ਵਾਲਾ ਇੱਧਰ ਸਾਡੇ ਰੋੜੀ ਜਿਹੜਾ ਸਰਦੂਲਗੜ ਵਾਲਾ ਘੱਗਰ ਉਹ ਖਲਾ ਫੈਲ ਗਿਆ ਵੀ ਇਹਨਾਂ ਨੂੰ ਪਤਾ ਸੀ ਲੋਕ ਇੱਧਰ ਉਹ ਨੇ ਪਰ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਪੰਜਾਬ ਪੱਧਰ ਤੇ ਤੇ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਧਰਨਾ ਲੱਗ ਗਿਆ ਬਈ ਟੈਂਟ ਲੱਗ ਜੂਗਾ ਜਿਵੇਂ ਪਹਿਲਾਂ ਪਰਵਿੰਦਰ ਨੂੰ ਕਢਵਾਇਆ ਸੀ ਇਸ ਤਰ੍ਹਾਂ ਦੁਬਾਰਾ ਪਰਵਿੰਦਰ ਨੂੰ ਬਾਹਰ ਕਢਵਾਵਾਂਗੇ ਜੀ ਤਾਂ ਤੁਸੀਂ ਹੁਣ ਅਗਲੀ ਰੂਪਰੇਖਾ ਦਾ ਆਪਣੇ ਸਾਥੀਆਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਕਿ ਝੂਠੇ ਪਰਚੇ ਪਾਏ ਜਾ ਰਹੇ ਆ ਉਲਟੀ ਗੰਗਾ ਵਹਿ ਰਹੀ ਹੈ ਕਿ ਜਿਹੜੇ ਨਸ਼ਿਆਂ ਨੂੰ ਰੋਕਣਾ ਚਾਹੁੰਦੇ ਆ ਉਹਨਾਂ 'ਤੇ ਪਰਚੇ ਹੈ ਜਿਹੜੇ ਵੇਚ ਰਹੇ ਆ ਉਹ ਬਾਹਰ ਫਿਰਦੇ ਆ ਇਸ ਬਾਰੇ ਹੁਣ ਤੁਹਾਡਾ ਪਲਾਨ ਕੀ ਹੈ ਆਪਣੇ ਪੱਧਰ 'ਤੇ ਇਹ ਟੀਮ ਦਾ ਜਿਹੜਾ ਵੀ ਫੈਸਲਾ ਹੋਊ ਜੀ ਸਾਡਾ ਇੱਕ ਸੰਗਠਨ ਆ ਇੱਕ ਉਹਦੇ ਪਿੱਛੇ ਵਧੀਆ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਜਿੰਨੀਆਂ ਭਾਈਵਾਲ ਜਥੇਬੰਦੀਆਂ ਨੇ ਉਹ ਇਹ ਹਦਾਇਤ ਉਹ ਇਹਨਾਂ ਦੀ ਹਮਾਇਤ 'ਚ ਨੇ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਕਾਲ ਹੋਊਗੀ ਫੈਸਲਾ ਹੋਊਗਾ ਉਹ ਲੋਕਾਂ 'ਚ ਜਾਏਗਾ ਜੀ ਹਰਜੋਤ ਬੈਸ ਮੇਰੇ ਕੁਲੀਗ ਨੇ ਮੇਰੇ ਨਾਲ ਇਹਨਾਂ ਨੇ ਕੰਮ ਕੀਤਾ ਮੈਂ ਪੰਜਾਬ ਦਾ ਜਨਰਲ ਸਕੱਤਰ ਰਿਹਾ ਸੀ ਉਸ ਟਾਈਮ ਤੇ ਕੰਮ ਕੀਤਾ ਜਦੋਂ ਕੋਈ ਆਮ ਆਦਮੀ ਪਾਰਟੀ ਵਾਸਤੇ ਤੁਰਦਾ ਨੀ ਸੀ ਅਸੀਂ ਅਕਾਲੀਆਂ ਦੇ ਖਿਲਾਫ਼ ਵੀ ਬੋਲਿਆ ਕਾਂਗਰਸ ਦੇ ਖਿਲਾਫ਼ ਵੀ ਬੋਲਿਆ ਅਸੀਂ ਕਾਲੇ ਹਫ਼ਤੇ ਵੀ ਮਨਾਏ ਨੇ ਪਰ ਇਸ ਤਰ੍ਹਾਂ ਦਾ ਵਿਵਹਾਰ ਕਦੇ ਨੀ ਹੋਇਆ ਸੀ ਜਿਸ ਤਰ੍ਹਾਂ ਦਾ ਅੱਜ ਹੋ ਰਿਹਾ ਪਰ ਤੁਹਾਡੇ ਮਾਨਸਾ ਵਿੱਚ ਵੀ ਉਸ ਇਲਾਕੇ 'ਚ ਵੀ ਥਾਂ ਥਾਂ ਵਿਗਿਆਪਨ ਤੇ ਲੱਗੇ ਹੋਣਗੇ ਹੋਲਡਿੰਗ ਬੋਰਡ ਜਿਵੇਂ ਪੰਜਾਬ 'ਚ ਜਾਂ ਅਖਬਾਰਾਂ 'ਚ ਛਪੇ ਹੈ ਕਿ ਨਸ਼ਿਆਂ ਦੇ ਖਿਲਾਫ਼ ਕਾਰਵਾਈ ਵਿੱਢੀ ਹੋਈ ਹੈ ਸਰਕਾਰ ਨੇ ਬਿਲਕੁਲ ਬਿਲਕੁਲ ਬਈ ਸਾਰੇ ਕੀਤੀ ਆ ਪਰ ਤੁਹਾਡੇ ਤੁਸੀਂ ਗਰਾਊਂਡ ਲੈਵਲ ਤੇ ਜਾਓ ਬਾਈ ਜੀ ਤੁਹਾਨੂੰ ਪਿੰਡਾਂ ਦੇ ਪਿੰਡ ਪਤਾ ਲੱਗੂਗਾ ਕਿਸ ਤਰ੍ਹਾਂ ਲੋਕਾਂ ਦਾ ਮਤਲਬ ਘਰਾਂ ਦੇ ਘਰ ਉੱਜੜ ਰਹੇ ਨੇ ਅੱਜ ਹੀ ਤੁਸੀਂ ਦੇਖੋ ਇੱਕ ਫੇਸਬੁੱਕ ਤੇ ਨੌਜਵਾਨ ਦੀ ਡੈਥ ਹੋਈ ਹੈ ਚਿੱਟੇ ਨਾਲ ਜੀ 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 ਇਹ ਤਾਂ ਰੋਜ਼ ਦੀਆਂ ਕਹਾਣੀਆਂ ਨੇ ਬਾਈ ਜੀ ਜੀ ਇਹਨਾਂ ਤੇ ਪਰਦਾ ਨੀ ਪਾਇਆ ਜਾ ਸਕਦਾ ਬਈ ਇੱਕ ਪਿੰਡ ਚੋਂ 3-3 ਮੌਤਾਂ ਉੱਠੀਆਂ ਨੇ ਪਿਓ ਜਿਹੜੇ ਬਜ਼ੁਰਗ ਨੇ ਉਹ ਆਪਦੇ ਬੱਚਿਆਂ ਨੂੰ 16-16 18-18 ਸਾਲਾਂ ਦਿਆਂ ਨੂੰ ਆਰਸੀ ਦੇ ਮੋਢਾ ਦੇ ਰਹੇ ਨੇ ਜੀ ਤੇ ਪੰਜਾਬ ਦੇ ਹਾਲਾਤ ਇਹ ਬਣ ਰਹੇ ਨੇ ਆਉਣ ਵਾਲੇ ਸਮੇਂ 'ਚ ਜਿਹੜੇ ਪੇਰੈਂਟਸ ਨੇ ਓਲਡ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਵਾਲਾ ਪਿੰਡ ਦੇ ਵਿੱਚ ਨੌਜਵਾਨ ਨਹੀਂ ਲੱਭਣਾ ਜੀ ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ